तो हर रोज़ की तरह अच्छ फिर थोड़ा स्वागत है थोड़े अपने यूट्यूब चैनल में। अच्छा असं फिर जी के कुछ क्वेश्चन लेके आए हैं। पहला क्वेश्चन है कि चंडीगढ़ का नींह पत्थर किस साल रखा गया? तो चंडीगढ़ का नींह पत्थर 1952 के रखा गया। जलंधर तो लगभग 13 किलोमीटर दूर सराय नूर महल का नू बादशाह डैश की पत्नी नूर जहां द्वारा बनाया गया तो जहांगीर की पत्नी द्वारा बनाया गया। तीसता हाइड्रो इलेक्ट्रो पावर प्लांट डैश विच स्थित है। तीसता पावर प्लांट सिक्किम विच स्थित है। ਕਿਹੜਾ ਨਾਚ ਮੁਸਲਮਾਨ ਅਧਿਆਤਕ ਪੁਰਸ਼ਾਂ ਦੁਆਰਾ ਕੀਤਾ ਜਾਂਦਾ ਹੈ? ਤਾਂ ਉਹ ਹੈ ਜੁੱਲੀ ਨਾਚ। ਭਿੰਡਰਾਂਵਾਲੇ ਨੇ ਅੰਮ੍ਰਿਤਸਰ ਮਹਿਤਾ ਚੌਕ ਵਿਖੇ ਸਵੈ ਇੱਛਤਾ ਨਾਲ ਗ੍ਰਿਫਤਾਰੀ ਦਾ ਪ੍ਰਸਤਾਵ ਕਦੋਂ ਰੱਖਿਆ? 20 ਸਤੰਬਰ 1981 ਦੇ ਵਿੱਚ ਉਹ ਰੱਖਿਆ ਸੀ। ਪੰਜਾਬ ਰਾਜ ਦਾ ਰਾਜ ਪਸ਼ੂ ਕਿਹੜਾ ਹੈ? ਪੰਜਾਬ ਰਾਜ ਦਾ ਰਾਜ ਪਸ਼ੂ ਕਾਲਾ ਹਿਰਨ। ਸਿਲਾਈ ਮਸ਼ੀਨ ਨਿਰਮਾਤਾਵਾਂ ਦਾ ਕੇਂਦਰ ਕਿੱਥੇ ਹੈ? ਸਿਲਾਈ ਮਸ਼ੀਨ ਆਪਣੇ ਲੁਧਿਆਣਾ ਵਿਖੇ ਬਣਦੀਆਂ ਹਨ। ਪੰਜਾਬ ਰਾਜ ਦੀ ਸਮੁੰਦਰੀ ਤਲ ਤੋਂ ਉਚਾਈ ਕਿੰਨੇ ਮੀਟਰ ਹੈ? 300 ਮੀਟਰ। ਸਥਾਨਕ ਸ਼ਾਸਨ ਸੰਸਥਾਵਾਂ ਨੂੰ ਸੰਵਿਧਾਨਕ ਮਾਨਤਾ ਦੇਣ ਦੀ ਸਿਫਾਰਸ਼ ਕਿਸਨੇ ਕੀਤੀ ਸੀ? ਧੂਣਗਨ ਕਮੇਟੀ ਨੇ। ਸਮਝੌਤਾ ਐਕਸਪ੍ਰੈਸ ਅੰਮ੍ਰਿਤਸਰ ਤੋਂ ਲਾਹੌਰ ਕਦੋਂ ਚਲਾਈ ਗਈ ਸੀ? ਇਹ ਚਲਾਈ ਗਈ ਸੀ 1976 ਈਸਵੀ ਦੇ ਵਿੱਚ। ਪੰਜਾਬ ਦਾ ਰਵਾਇਤੀ ਨਾਚ ਇਹਨਾਂ ਵਿੱਚੋਂ ਕਿਹੜਾ ਹੈ? ਪੰਜਾਬ ਦਾ ਰਵਾਇਤੀ ਨਾਚ ਹੈ ਕਿੱਕਲੀ। ਬਾਕੀ ਭਵਾਈ ਕਾਲ ਵੇਲੇ ਘੁੰਮ ਰਹੇ ਰਾਜਸਥਾਨ ਦੇ ਨੇ। ਮਾਉਥ ਵਾਸ਼ ਵਿੱਚ ਪਾਇਆ ਜਾਣ ਵਾਲਾ ਕਿਹੜਾ ਰਸਾਇਣਕ ਬੈਕਟੀਰੀਆ ਨੂੰ ਮਾਰਨ ਮਸੂੜਿਆਂ ਵਿੱਚ ਖੂਨ ਵਗਣ ਤੋਂ ਰੋਕਦਾ ਹੈ? ਅਤੇ ਉਹ ਹੈ ਹਾਈਡਰੋਜਨ ਪੈਰੋਸਾਈਟ। ਫਿਲੌਰ ਕਿਲ੍ਹਾ ਕਿਹੜੇ ਮੁਗਲ ਸ਼ਾਸਕ ਦੁਆਰਾ ਬਣਾਇਆ ਗਿਆ ਸੀ? ਸ਼ਾਹਜਹਾਂ ਦੁਆਰਾ। ਇਹਨਾਂ ਵਿੱਚੋਂ 40 ਮੈਂਬਰਾਂ ਵਾਲੀ ਵਿਧਾਨ ਸਭਾ ਕਿਹੜੀ ਹੈ, ਮਤਲਬ ਕਿਹੜੇ ਰਾਜ ਦੇ ਵਿੱਚ ਹੈ? ਮਿਜ਼ੋਰਮ ਦੇ ਵਿੱਚ। ਸੱਭਿਆਚਾਰ ਅਤੇ ਵਿੱਦਿਅਕ ਅਧਿਕਾਰ ਨਾਲ ਸੰਬੰਧਿਤ ਕਿਹੜਾ ਅਨੁਛੇਦ ਹੈ ਭਾਰਤੀ ਆਰਟੀਕਲ ਦਾ? ਉਹ ਹੈ 38-30। ਵਾਤਾਵਰਨ ਸੁਰੱਖਿਆ ਦੇ ਸਾਂਭ ਸੰਭਾਲ ਨਾਲ ਕਿਹੜਾ ਛੇਦ ਸੰਬੰਧਿਤ ਹੈ? ਤਾਂ ਉਹ ਹੈ 48। ਜੰਗਲੀ ਜੀਵ ਹਫ਼ਤਾ ਕਦੋਂ ਮਨਾਇਆ ਜਾਂਦਾ ਹੈ? ਜੰਗਲੀ ਜੀਵ ਹਫ਼ਤਾ 2 ਤੋਂ 8 ਅਕਤੂਬਰ ਮਨਾਇਆ ਜਾਂਦਾ ਹੈ।